हाँ जी, हेलो स्टूडेंट्स, आज तुहाडे नाल एक इंपॉर्टेंट इनफॉर्मेशन शेयर करनी है जी तुहाडे कोल। सो किन्ना लई हैगी है जी तुहाडे कोल जिहड़ी हैगी है इनफॉर्मेशन? ठीक है जी, तो हर बच्चा जिहड़ा 6th क्लास टू, एक मिनट रुको जी, हाँ जी, जिहड़ा 6th क्लास तो लै के 10वीं क्लास तक हैगा है, ठीक है, 6th टू 10th तक जिहड़ा है, ठीक है, गवर्नमेंट स्कूल दे विच पढ़ रहा हैगा तुहाडे कोल, ठीक है जी, उन्हां नाल इनफॉर्मेशन आपां साझी करनी है। सो देखो जी, थोड़ी स्क्रीन ते की आ रहा है, कहिंदा सेशन 2022-23 लई, ठीक है जी, एक मिनट कलर थोड़ा सिलेक्ट करिए गूड़ा, रेडीनेस प्रोग्राम तहत बेसलाइन ऑनलाइन, बेसलाइन नाल ऑनलाइन कराउण संबंधी, ठीक है जी। बेसलाइन टेस्ट हुंदा है, तुहाडी नॉलेज चेक करनी है कि तुहानू बेसिक नॉलेज जिस क्लास चों ओहदी हैगी है जी। सो ध्यान नाल देखियो जी की हैगा तुहाडे कोल रेडीनेस प्रोग्राम। रेडीनेस प्रोग्राम दा मतलब है कि तुसी जिस क्लास विच होए हो ओहदे लई रेडी हो, उन्नी तुहानू प्रीवियस नॉलेज हैगी है जी, ओहदे तहत तुहाडा एक टेस्ट होना हैगा जी, जिहनू असीं बेसलाइन टेस्ट कहांगे। हुण ओह टेस्ट जिहड़ा हैगा ओहदा परपस की हैगा, देखो जी, कहिंदा इस प्रोग्राम तहत विद्यार्थियों विच लर्निंग लॉस नू एड्रेस करन लई, लर्निंग लॉस मैंने भी जो थोड़ा पिछे कोई लर्निंग लॉस होया है, ठीक है, पेंडेमिक करके या होर रीजन करके, उन्हों एड्रेस करन लई भी की लॉस होया तुहाडा, चार विषयां दा टेस्ट होना है जी, गणित, साइंस, अंग्रेजी ते एसएस सोशल साइंस, ठीक है जी। ओह तो बाद ठीक है, सेशन दे पहले 100 दिनां लई ਜਮਾਤਾਂ ਨੂੰ ਰੈਡੀਨੈਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਤਾਂ ਪਹਿਲੇ 100 ਦਿਨ ਤੁਹਾਡੇ ਕੋਲ ਜਿਹੜੇ ਹੈਗੇ ਆ 6ਵੀਂ ਤੋਂ 10ਵੀਂ ਤੱਕ ਰੈਡੀਨੈਸ ਪ੍ਰੋਗਰਾਮ ਕਰਾਉਣਾ। ਹੁਣ ਧਿਆਨ ਨਾਲ ਦੇਖਿਓ ਜੀ ਕੀ ਹੈਗਾ, ਟੈਸਟ ਕਦੋਂ ਹੋਣਾ ਹੈਗਾ ਤੁਹਾਡਾ। ਪਹਿਲਾਂ ਤਾਂ ਟੈਸਟ ਨਾਲ ਤੁਹਾਡੀ ਨੌਲੇਜ ਚੈੱਕ ਕਰਨੀ ਹੈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਤੁਹਾਡੇ ਕੋਲ, ਇਹਨੂੰ ਆਪਾਂ ਨੇ ਤੁਹਾਡੇ ਕੋਲ ਫਿਰ ਇਹਦਾ ਐਂਡ ਲਾਈਨ ਜਿਹੜਾ ਵੀ ਹੁੰਦਾ ਹੈਗਾ ਉਹ ਹੋਏਗਾ ਵੀ ਤੁਹਾਨੂੰ ਆਉਂਦਾ ਆਲਰੇਡੀ ਕਿੰਨਾ। ਸੋ ਟੈਸਟ ਦੀ ਜਿਹੜੀ ਡੇਟਾਂ ਹੈਗੀਆਂ ਨੇ 16 ਮਈ ਤੋਂ ਲੈ ਕੇ 19 ਮਈ ਤੱਕ ਤੁਹਾਡੀਆਂ ਡੇਟਾਂ ਨੇ ਜੀ, 16 ਮਈ ਤੋਂ 19 ਮਈ। ਹੁਣ ਇਹ 16 ਮਈ ਤੋਂ 19 ਮਈ ਕਿਵੇਂ ਹੋਏਗਾ ਤੁਹਾਡੇ ਕੋਲ, ਠੀਕ ਹੈ ਜੀ, ਤੁਹਾਨੂੰ ਛੁੱਟੀਆਂ ਹੋ ਜਾਣੀਆਂ ਨੇ, ਪਰ ਛੁੱਟੀਆਂ ਤੁਹਾਡੀ ਆਨਲਾਈਨ ਪੜ੍ਹਾਈ ਤਾਂ ਹੈਗੀ ਹੈ 30 ਮਈ ਤੱਕ, ਇਸ ਕਰਕੇ ਤੁਸੀਂ ਐਂ ਤਾਂ ਐ ਨਹੀਂ ਵੀ ਨਾਨਕੇ ਚਲੇ ਜਾਓ, ਠੀਕ ਹੈ ਜੀ, ਆਨਲਾਈਨ ਪੜ੍ਹਾਈ ਹੈਗੀ ਹੈ, ਇਸ ਕਰਕੇ ਟੈਸਟ ਵੀ ਆਨਲਾਈਨ ਹੀ ਹੋਏਗਾ ਤੁਹਾਡੇ ਕੋਲ, ਠੀਕ ਹੈ ਜੀ। ਤੁਹਾਨੂੰ 15 ਮਈ ਤੋਂ ਛੁੱਟੀਆਂ ਨੇ, 16 ਤੋਂ ਤੁਹਾਡੇ ਪੇਪਰ ਸ਼ੁਰੂ ਹੋਏ, ਸਮਝ ਲਓ ਤੁਹਾਡੇ ਕੋਲ। ਔਰ ਉਹ ਤੋਂ ਬਾਅਦ ਡੇਟ ਸ਼ੀਟ ਕਿਵੇਂ ਦਿੱਤੀ ਹੋਈ ਹੈ, ਦੇਖੋ 16 ਮਈ ਨੂੰ 6ਵੀਂ ਦਾ ਮੈਥ ਹੋਣਾ ਹੈ, 7ਵੀਂ ਦਾ ਸਾਇੰਸ ਹੋਣਾ ਹੈ, 8ਵੀਂ ਦਾ SST ਹੋਣਾ ਹੈ, 9ਵੀਂ ਦਾ ਇੰਗਲਿਸ਼ ਹੋਣਾ ਹੈ ਤੇ 10ਵੀਂ ਦਾ ਮੈਥ ਹੋਣਾ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਤੁਹਾਡੇ ਕੋਲ ਜਿਹੜਾ ਹੈਗਾ ਤੁਹਾਡੇ ਕੋਲ, ਫੇਰ ਦੇਖੀਏ ਆਪਾਂ, ਠੀਕ ਹੈ, ਅਗਲੇ ਦਿਨ ਜਿਹੜਾ ਹੈਗਾ ਇਹ 6ਵੀਂ ਦਾ ਸਾਇੰਸ ਹੋ ਜਾਏਗਾ, ਇਹਦਾ ਮੈਥ ਹੋ ਜਾਏਗਾ, ਪੂਰੀ ਡੇਟ ਸ਼ੀਟ ਤੁਹਾਡੀ ਕਲੀਅਰ ਹੈ ਜੀ। 6ਵੀਂ ਵਾਲੇ ਐ ਨੀਚੇ ਨੂੰ ਦੇਖ ਲਓ ਤੁਹਾਡੇ ਕੋਲ ਜਿਹੜਾ ਹੈਗਾ ਹੈ, ਠੀਕ ਹੈ, 7ਵੀਂ ਵਾਲੇ ਇਸ ਤਰ੍ਹਾਂ ਦੇਖ ਲਓ, 8ਵੀਂ ਵਾਲੇ ਇਸ ਤਰ੍ਹਾਂ ਦੇਖ ਲਓ, ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਤੁਹਾਡੇ ਕੋਲ ਜਿਹੜੇ ਹੈਗੇ ਨੇ, ਤੁਹਾਡੀ ਡੇਟ ਸ਼ੀਟ ਪੂਰੀ 16 ਤੋਂ 19 ਤੱਕ ਪ੍ਰੋਪਰ ਦਿੱਤੀ ਹੋਈ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਜੀ, WhatsApp ਗਰੁੱਪ 'ਚ ਤੁਸੀਂ ਸਾਰੇ ਵਿਦਿਆਰਥੀ ਚਾਹੀਦੇ ਹੋ, ਜਿਹੜੇ ਬੱਚੇ ਨਵੇਂ ਆਏ ਨੇ ਤੁਹਾਡੇ ਕੋਲ ਉਹ ਆਪਣੇ ਆਪਣੇ ਟੀਚਰ ਨੂੰ ਆਪਣਾ WhatsApp ਨੰਬਰ ਦੇ ਦੇਣਗੇ, ਤਾਂ ਜੋ ਤੁਹਾਡੇ ਕੋਲ ਜਿਹੜਾ ਹੈਗਾ ਹੈ ਕਿ ਦਿੱਕਤ ਨਾ ਆਵੇ ਤੁਹਾਨੂੰ ਲਿੰਕ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਪੇਪਰ ਜਿੱਦਣ ਤੁਹਾਡਾ ਹੋਏਗਾ ਸਵੇਰੇ 6 ਵਜੇ ਲਿੰਕ ਖੁੱਲ ਜਾਏਗਾ, ਰਾਤੀ 11 ਵਜੇ ਤੱਕ ਲਿੰਕ ਜਿਹੜਾ ਹੈ ਫੰਕਸ਼ਨਲ ਹੋਏਗਾ, ਠੀਕ ਹੈ। ਮੇਨ ਚੀਜ਼ ਹੈ 100% ਭਾਗੀਦਾਰੀ, ਯਾਨੀ ਕਿ ਹਰ ਬੱਚੇ ਨੇ ਪੇਪਰ ਦੇਣਾ ਹੈ, ਇਸੇ ਕਰਕੇ ਵੀਡੀਓ ਬਣਾਈ ਜਾ ਰਹੀ ਹੈ, ਮੇਨ ਮੇਨ ਪੁਆਇੰਟ ਲਿਖ ਕੇ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਜੋ ਵੀ ਹੋਏਗਾ ਤੁਹਾਡਾ ਜਿਹੜਾ ਹੈਗਾ ਬੇਸਲਾਈਨ ਦਾ, ਫਿਰ ਅਨਾਲਿਸਿਸ ਹੋਏਗਾ, ਅਨਾਲਿਸਿਸ ਤੋਂ ਬਾਅਦ ਫਿਰ ਜਿਹੜਾ ਹੈਗਾ ਹੈ ਕਿ ਐਂਡ ਲਾਈਨ ਟੈਸਟ ਜਿਹੜਾ ਹੁੰਦਾ ਹੈ, ਤੁਸੀਂ ਕੀ ਸਿੱਖਿਆ ਰੈਡੀਨੈਸ ਪ੍ਰੋਗਰਾਮ ਤੁਹਾਨੂੰ ਸਿਖਾ ਕੇ, ਉਹ ਤੋਂ ਬਾਅਦ ਤੁਹਾਡਾ ਐਂਡ ਲਾਈਨ ਟੈਸਟ ਲਿਆ ਜਾਏਗਾ। ਫਿਲਹਾਲ ਤਾਂ ਬੇਸਲਾਈਨ ਦੀ ਗੱਲ ਹੋ ਰਹੀ ਹੈ, ਸੋ ਦੋ ਚੀਜ਼ਾਂ ਦਾ ਖਿਆਲ ਰੱਖਣਾ ਜੀ, ਇੱਕ ਇਹਨੇ ਹੋਣਾ ਆਨਲਾਈਨ ਹੈ, ਆਨਲਾਈਨ ਮਤਲਬ ਤੁਹਾਡੇ ਫੋਨ ਤੇ ਹੋਣਾ ਹੈਗਾ ਇਹ, ਇਸ ਕਰਕੇ ਜੇ ਫੋਨ ਅਵੇਲੇਬਲ ਨਹੀਂ ਹੈਗਾ ਤਾਂ ਆਪਣੇ ਮੰਮੀ ਡੈਡੀ ਨੂੰ ਕਹਿ ਕੇ ਰੱਖੋ, ਠੀਕ ਹੈ ਜੀ, ਕਿਉਂਕਿ ਹਰ ਸਰਕਾਰੀ ਸਕੂਲ ਦੇ ਬੱਚੇ ਲਈ ਹੈਗਾ ਹੈ, ਇਸ ਕਰਕੇ ਹਰ ਬੱਚੇ ਜਿਸ ਨੂੰ ਵੀ ਤੁਸੀਂ ਜਾਣਦੇ ਹੋ, ਠੀਕ ਹੈ, ਉਹਨੂੰ ਸ਼ੇਅਰ ਕਰ ਦਿਓ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਤੱਕ ਇਹ ਇਨਫੋਰਮੇਸ਼ਨ ਪਹੁੰਚਵੇ, ਤੇ ਕੁਝ ਤੁਸੀਂ ਬੇਸਿਕ ਚੀਜ਼ਾਂ ਦੀ ਰਿਵੀਜ਼ਨ ਮਾੜੀ ਜੀ ਕਰ ਲਓ, ਠੀਕ ਹੈ ਜੀ, ਥੈਂਕ ਯੂ।